ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੁਝ ਵਿਦਿਆਰਥੀ ਚਿੰਤਾ ਕਰ ਰਹੇ ਸਨ, ਉਹਨਾਂ ਦਾ ਕਲੈਸ਼ ਹੋ ਰਿਹਾ ਹੈ 27th ਨੂੰ ਅਸੈਸਮੈਂਟ ਦਾ ਬੀਐਡ ਦਾ ਪੇਪਰ ਹੈ ਔਰ ਦੂਸਰੀ ਤਰਫ ਰੀ ਅਪੀਅਰ ਜਾਂ MSc ਜਾਂ ਕੋਈ ਹੋਰ ਪੇਪਰ ਕਲੈਸ਼ ਕਰ ਰਿਹਾ ਹੈ। ਸੋ ਇਸ ਰਿਗਾਰਡਿੰਗ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ, ਯੂਨੀਵਰਸਿਟੀ ਗੱਲ ਕੀਤੀ ਹੈ ਕੰਡਕਟ ਬ੍ਰਾਂਚ ਵਿੱਚ ਅਤੇ ਉਹਨਾਂ ਨੇ ਤਸੱਲੀ ਦਿੱਤੀ ਹੈ ਕਿ ਬੀਐਡ ਦਾ 27th ਵਾਲਾ ਐਗਜ਼ਾਮ ਜੋ ਹੈ ਉਹ ਪੋਸਟਪੋਨ ਹੋ ਜਾਏਗਾ। ਨੋਰਮਲੀ ਉਹ 12 ਤਰੀਕ ਨੂੰ, ਅਗਲੀ 12 ਤਰੀਕ ਨੂੰ ਹੋ ਜਾਏਗਾ। ਸੋ ਜੇ ਕਿਸੇ ਵਿਦਿਆਰਥੀ ਨੂੰ ਅਜਿਹੀ ਪ੍ਰੋਬਲਮ ਆਉਂਦੀ ਹੈ, ਉਹਨਾਂ ਦੇ ਕਲੈਸ਼ ਕਰਦੇ ਨੇ ਜਾਂ ਉਹ ਕਲੈਸ਼ ਇੱਕ ਤਾਂ ਹੋ ਸਕਦਾ ਬੀਐਡ ਦਾ, ਦੂਸਰਾ ਹੋ ਸਕਦਾ ਹੈ ਕਿ ਉਹਨਾਂ ਨੇ ਕੋਈ ਰੀਅਪੀਅਰ MSc MA ਦਾ ਚੱਲ ਰਿਹਾ ਹੈ, ਕੋਈ ਵੀ ਕਲੈਸ਼ ਚੱਲ ਰਿਹਾ ਹੈ, ਅਤੇ ਉੱਥੇ ਫਿਜ਼ੀਕਲੀ ਐਪਲੀਕੇਸ਼ਨ ਜਾ ਕੇ ਦੇਣੀ ਪੈਂਦੀ ਹੈ, ਜਿਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਦੇਣੀ ਪੈ ਰਹੀ ਹੈ ਅਤੇ ਉਹ ਸਲਿਊਸ਼ਨ ਦਿੰਦੇ ਨੇ। ਸੋ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੀ ਕਰਦੀ ਹੈ ਕਿ ਉਸਦੇ ਸ਼ਡਿਊਲ ਨੂੰ ਰੀਸ਼ਡਿਊਲ ਕਰ ਲੈਂਦੀ ਹੈ, ਡੇਟ ਅੱਗੇ ਪਿੱਛੇ ਕਰਕੇ ਤੁਹਾਡੀ ਐਡਜਸਟਮੈਂਟ ਕਰ ਦਿੰਦੀ ਹੈ, ਅਤੇ ਤੁਹਾਨੂੰ ਕੰਡਕਟ ਬ੍ਰਾਂਚ ਵਿੱਚ ਇਹ ਐਪਲੀਕੇਸ਼ਨ ਫਿਜ਼ੀਕਲੀ ਜਾ ਕੇ ਦੇਣੀ ਪਏਗੀ। ਇਸ ਰਿਗਾਰਡਿੰਗ ਐਪਲੀਕੇਸ਼ਨ ਦੇਣ ਦੀ ਜ਼ਰੂਰਤ ਨਹੀਂ ਪਏਗੀ। ਇਸ ਵੀਡੀਓ ਦੇ ਇੱਕ ਅੱਧੇ ਦਿਨ ਤੱਕ, ਕੱਲ੍ਹ ਪਰਸੋਂ ਤੱਕ ਇਹ ਜਿਹੜੀ ਡੇਟ ਸ਼ੀਟ ਹੈ ਰਿਵਾਈਜ਼ ਹੋ ਜਾਏਗੀ, ਉਸਨੂੰ ਤੁਸੀਂ ਚੈੱਕ ਕਰ ਲੈਣਾ ਜਾਂ ਮੇਰੇ ਕੋਲ ਤੁਸੀਂ ਕਮੈਂਟ ਬਾਕਸ ਵਿੱਚ ਕੁਸ਼ਚਨ ਪੁੱਛ ਕੇ ਪੁੱਛ ਸਕਦੇ ਹੋ। ਕੋਈ ਹੋਰ ਦਿੱਕਤ ਹੋਵੇ ਪੁੱਛ ਸਕਦੇ ਹੋ, ਕਮੈਂਟ ਕਰ ਸਕਦੇ ਹੋ। ਥੈਂਕ ਯੂ ਡਾਕਟਰ ਧੀਰਜ ਸਿੰਘ ਲਾਡਵਾਜ।